ਬਟੂਏ ਵਿਚਲੀ ਫੋਟੋ ਸਵਾਰੀਆਂ ਨਾਲ ਭਰੀ ਬੱਸ ਅੱਡੇ 'ਤੇ ਆ ਕੇ ਰੁਕੀ ਹੀ ਸੀ ਕਿ ਕੰਡਕਟਰ ਦੀ ਨਜ਼ਰ ਭੂੰਜੇ ਡਿੱਗੇ ਬਟੂਏ 'ਤੇ ਜਾ ਪਈ। ਬਟੂਏ ਵਿੱਚੋਂ ਥੋੜ੍ਹੇ ਜਿਹੇ ਪੈਸੇ ਅਤੇ ਇੱਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ। ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ, ਬਾਈ ਗਵਾਚਾ ਬਟੂਆ ਲੱਭਾ ਹੈ ਅਤੇ ਨਿਸ਼ਾਨੀ ਦੱਸ ਕੇ ਲੈ ਜਾਓ। ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਅਤੇ ਕਹਿੰਦਾ ਕਿ ਪੁੱਤ, ਇਹ ਮੇਰਾ ਗਵਾਚਾ ਹੋਇਆ ਬਟੂਆ ਹੈ ਅਤੇ ਇਸਦੀ ਨਿਸ਼ਾਨੀ ਇਹ ਹੈ ਕਿ ਵਿੱਚ ਬਾਬੇ ਨਾਨਕ ਦੀ ਫੋਟੋ ਲੱਗੀ ਹੈ। ਕਹਿੰਦਾ, ਬਾਪੂ ਸਾਬਤ ਕਰਨਾ ਪਊ, ਇਹ ਤੇਰਾ ਹੈ? ਬਾਬੇ ਨਾਨਕ ਦੀ ਫੋਟੋ ਤਾਂ ਹਰੇਕ ਦੇ ਬਟੂਏ 'ਚੋਂ ਮਿਲ ਜਾਊ, ਨਾਲੇ ਇਹ ਦੱਸ ਕਿ ਬਟੂਏ ਵਿੱਚ ਤੂੰ ਆਪਦੀ ਫੋਟੋ ਕਿਉਂ ਨਹੀਂ ਲਾਈ? ਬਜ਼ੁਰਗ ਲੰਬਾ ਸਾਹ ਲੈ ਕੇ ਕਹਿੰਦਾ, ਪੁੱਤ ਗੱਲ ਥੋੜ੍ਹੀ ਲੰਬੀ ਹੈ, ਧਿਆਨ ਨਾਲ ਸੁਣੀ। ਇਹ ਬਟੂਆ ਨਿੱਕੇ ਹੁੰਦਿਆਂ ਮੇਰੇ ਬੇਬੇ ਬਾਪੂ ਨੇ ਲੈ ਕੇ ਦਿੱਤਾ ਸੀ, ਨਾਲੇ ਰੋਜ਼ ਰੋਜ਼ ਪੈਸੇ ਦਿੰਦੇ ਸੀ, ਖਰਚਣ ਨੂੰ ਬੜੇ ਚੰਗੇ ਲੱਗਦੇ ਸੀ। ਇੱਕ ਦਿਨ ਇਸ ਬਟੂਏ ਵਿੱਚ ਉਹਨਾਂ ਦੀ ਫੋਟੋ ਲਾ ਲਈ, ਫਿਰ ਜਵਾਨ ਹੋਇਆ, ਖੁੱਲ੍ਹੀ ਖੁਰਾਕ, ਗੱਲਾਂ ਦਾ ਲਾਲ, ਸੂਹਾ ਰੰਗ, ਫਰਕ ਦੇ ਡੋਲੇ, ਜਵਾਨੀ ਵਾਲਾ ਜ਼ੋਰ, ਸ਼ੀਸ਼ੇ ਅੱਗੇ ਖਲੋਤਾ ਆਪਣੇ ਆਪ ਨੂੰ ਦੇਖਦਾ ਰਹਿੰਦਾ ਸੀ। ਭੁਲੇਖਾ ਪੈ ਗਿਆ ਕਿ ਸ਼ਾਇਦ ਦੁਨੀਆ ਦਾ ਸਭ ਤੋਂ ਖੂਬਸੂਰਤ ਤਾਕਤਵਰ ਇਨਸਾਨ ਮੈਂ ਹੀ ਸੀ। ਜਵਾਨੀ ਦੀ ਲੋਹਰ ਵਿੱਚ ਇੱਕ ਦਿਨ ਬਟੂਏ 'ਚੋਂ ਮਾਪਿਆਂ ਦੀ ਫੋਟੋ ਕੱਢੀ ਅਤੇ ਆਪਣੀ ਆਪ ਦੀ ਲਾ ਲਈ, ਫਿਰ ਵਿਆਹ ਹੋ ਗਿਆ। ਸੋਹਣੀ ਵੋਟੀ ਦੇਖ ਸਰੂਰ ਜਿਹਾ ਚੜ੍ਹ ਗਿਆ, ਆਪਣੀ ਫੋਟੋ ਕੱਢੀ ਅਤੇ ਉਸਦੀ ਲਾ ਲਈ। ਫਿਰ ਸੋਹਣੇ ਪੁੱਤ ਨੇ ਘਰ 'ਚ ਜਨਮ ਲਿਆ, ਗਿੱਠ ਖਿੜ ਪੋਏ ਤੋਂ ਉੱਚਾ ਹੋ ਤੁਰਨ ਲੱਗਿਆ। ਜਵਾਨ ਹੁੰਦਾ ਪੁੱਤ ਦੇਖ ਇੱਕ ਦਿਨ ਬਟੂਏ 'ਚੋਂ ਵੋਟੀ 'ਤੇ ਫੋਟੋ ਕੱਢ ਪੁੱਤ ਦੀ ਲਾ ਲਈ। ਫਿਰ ਸਮੇਂ ਦਾ ਚੱਕਰ ਚੱਲਿਆ, ਜਵਾਨੀ ਵਾਲਾ ਜ਼ੋਰ ਜਾਂਦਾ ਰਿਹਾ, ਮਾਂ ਪਿਓ ਵੀ ਤੁਰ ਗਏ ਦੁਨੀਆ ਤੋਂ, ਵੋਟੀ ਵੀ ਸਦਾ ਵਾਸਤੇ ਸਤਿ ਸ਼੍ਰੀ ਅਕਾਲ ਬੁਲਾ ਗਈ। ਇੱਕ ਦਿਨ ਫਿਰ ਇੱਕ ਦਿਨ ਜਿਹੜੇ ਪੋਤੇ ਇੰਨਾ ਮਾਣ ਸੀ ਉਹ ਵੀ ਇਕੱਲਾ ਛੱਡ ਟੱਬਰ ਲੈ ਦੂਜੇ ਸ਼ਹਿਰ ਚਲਾ ਗਿਆ ਅਤੇ ਜਾਂਦਿਆਂ ਕਹਿ ਗਿਆ, ਮਗਰ ਇਹਨਾਂ ਵੀ ਘਰੇ ਕਲੇਸ਼ ਪੈਂਦਾ। ਫਿਰ ਇੱਕ ਦਿਨ ਸਾਰਾ ਕੁਝ ਗੁਆ ਮੱਸਿਆਂ ਦੇ ਮੇਲੇ ਵਿੱਚ ਕਮਲਿਆਂ ਵਾਂਗ ਇਕੱਲੇ ਤੁਰੇ ਫਿਰਦੇ ਨੂੰ ਬਾਬੇ ਨਾਨਕ ਦੀ ਫੋਟੋ ਦਿਸ ਪਈ। ਉਸ ਵੇਲੇ ਮੁੱਲ ਲੈ ਬਟੂਏ ਵਿੱਚ ਲਾ ਲਈ। ਬਸ ਉਸ ਦਿਨ ਤੋਂ ਬਾਅਦ ਮੈਂ ਅਤੇ ਮੇਰਾ ਬਾਬਾ ਨਾਨਕ, ਜ਼ਿੰਦਗੀ ਦੀ ਗੱਡੀ ਤੁਰੀ ਜਾਂਦੀ ਇਸੇ ਤਰ੍ਹਾਂ। ਕਈ ਵਾਰੀ ਗੱਲਾਂ ਕਰ ਲਈ ਦੀਆਂ, ਦੁੱਖ ਸੁੱਖ ਕਰ ਲਈ ਦੇ ਬਾਬੇ ਨਾਨਕ ਨਾਲ। ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਬਟੂਆ ਮੋੜ ਦਿੱਤਾ ਅਤੇ ਬਾਪੂ ਆਪਣੇ ਰਾਹ ਪੈ ਗਿਆ। ਥੋੜ੍ਹੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ ਅੱਡੇ 'ਤੇ ਹੀ ਫੋਟੋਆਂ ਕੈਲੰਡਰਾਂ ਵਾਲੀ ਦੁਕਾਨ 'ਤੇ ਖਲੋਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ, ਭਾਈ ਸਾਹਿਬ, ਇੱਕ ਬਾਬੇ ਨਾਨਕ ਦੀ ਫੋਟੋ ਦੇਣਾ, ਬਟੂਏ ਵਿੱਚ ਲਾਉਣੀ ਹੈ। ਰੱਬ ਰਾਖਾ, ਜੇ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਦੋਸਤੋ। ਹਾਂਜੀ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।